ਬਠਿੰਡਾ ਜ਼ਿਲ੍ਹੇ ਦੇ ਕੁੱਲ ਰਕਬੇ ਦਾ ਤਕਰੀਬਨ 2% ਹਿੱਸਾ ਵਨ ਰਕਬਾ ਹੈ। ਪੰਜਾਬ ਸਰਕਾਰ ਇਸ ਖਿੱਤੇ ਨੂੰ ਹਰਿਆ ਭਰਿਆ ਬਣਾਉਣ ਲਈ ਯੋਗ ਉਪਰਾਲੇ ਹਮੇਸ਼ਾ ਕਰਦੀ ਰਹੀ ਹੈ। ਫਿਰ ਚਾਹੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰੇਕ ਪਿੰਡ ਵਿੱਚ 550 ਬੂਟੇ ਲਗਾਉਣ ਦਾ ਟੀਚਾ ਹੋਵੇ, ਜਾਂ ਫਿਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਜੰਗਲ ਬਣਾਉਣ ਦੀ ਗੱਲ ਹੋਵੇ। ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ। ਮਾਲਵਾ ਖੇਤਰ ਦੇ ਵਿੱਚ ਜ਼ਿਆਦਾ ਜੰਗਲ ਨਹੀਂ ਹਨ, ਜਿਸ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਸਬ ਮਿਸ਼ਨ ਔਨ ਐਗਰੋਫੋਰੈਸਟਰੀ ਸਕੀਮ ਚਲਾਈ ਗਈ ਹੈ। ਇਸ ਤਹਿਤ ਕੋਈ ਵੀ ਕਿਸਾਨ ਖੁਦ ਨੂੰ ਸਾਡੇ ਨਾਲ ਰਜਿਸਟਰ ਕਰਵਾ ਸਕਦਾ, ਵਣ ਵਿਭਾਗ ਨਾਲ ਰਜਿਸਟਰ ਕਰਵਾ ਸਕਦਾ ਹੈ। ਰਜਿਸਟਰ ਕਰਵਾਉਣ ਦੇ ਨਾਲ ਅਸੀਂ ਉਹਨੂੰ ਫ੍ਰੀ ਬੂਟੇ ਵੀ ਦੇਵਾਂਗੇ, ਉਹਦੀ ਟੈਕਨੀਕਲ ਸਪੋਰਟ ਵੀ ਕਰਾਂਗੇ, ਨਾਲ ਹੀ ਉਹਨੂੰ ਵਿੱਤੀ ਸਹਾਇਤਾ ਵੀ ਦੇਵਾਂਗੇ ਤਾਂ ਕਿ ਉਹ ਬੂਟਿਆਂ ਦਾ ਪਾਲਣ ਪੋਸ਼ਣ ਕਰ ਸਕੇ ਆਉਣ ਵਾਲੇ ਸਮੇਂ ਦੇ ਵਿੱਚ, ਜਿਸ ਨਾਲ ਕਿਸਾਨ ਦੀ ਆਮਦਨ ਦੇ ਵਿੱਚ ਤਾਂ ਵਾਧਾ ਹੋਵੇਗਾ ਹੀ ਹੋਵੇਗਾ, ਨਾਲ ਹੀ ਇਸ ਏਰੀਏ ਦੇ ਵਿੱਚ ਗ੍ਰੀਨ ਕਵਰ ਵਿੱਚ ਵੀ ਵਾਧਾ ਹੋਵੇਗਾ। ਆਓ ਗੱਲ ਕਰਦੇ ਹਾਂ ਇਸ ਸਕੀਮ ਅਧੀਨ ਵਿੱਤੀ ਸਹਾਇਤਾ ਪ੍ਰਾਪਤ ਕਿਸਾਨ ਨਾਲ। ਕਾਲ ਜੀ ਸਾਰਿਆਂ ਨੂੰ, ਮੈਂ ਸਮਰਿੰਦਰ ਸਿੰਘ, ਪੁੱਤਰ ਸਰਦਾਰ ਜਗਨੰਦਨ ਸਿੰਘ, ਪਿੰਡ ਅਤੇ ਡਾਕਖਾਨਾ ਬਾਂਡੀ, ਜ਼ਿਲ੍ਹਾ ਬਠਿੰਡਾ ਦਾ ਰਹਿਣ ਵਾਲਾ ਹਾਂ। ਮੈਂ ਆਪਣੇ ਖੇਤ ਦੇ ਵਿੱਚ ਵਣ ਵਿਭਾਗ ਅਤੇ ਪੰਜਾਬ ਸਰਕਾਰ ਦੀ ਸਕੀਮ SMAF ਸਬ ਮਿਸ਼ਨ ਐਗਰੀਫੋਰੈਸਟਰੀ ਰਾਹੀਂ ਸਫੈਦੇ ਦੇ ਬੂਟੇ ਲਾਏ ਸੀਗੇ, ਜੋ ਪਿੱਛੇ ਫੋਟੋ ਵਿੱਚ ਦਿਸ ਰਹੇ ਹਨ। ਇਹ ਸਫੈਦਿਆਂ ਦੇ ਬੂਟਿਆਂ ਦੇ ਲਾਉਣ ਲਈ ਸਰਕਾਰ ਵੱਲੋਂ ਅਤੇ ਵਣ ਵਿਭਾਗ ਵੱਲੋਂ 35 ਰੁਪਏ ਪ੍ਰਤੀ ਪੌਦੇ ਦੇ ਹਿਸਾਬ ਨਾਲ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ, ਜੋ 4 ਸਾਲਾਂ ਦੇ ਵਿੱਚ ਜ਼ਿਮੀਂਦਾਰ ਦੇ ਖਾਤੇ ਵਿੱਚ ਆਉਂਦੀ ਹੈ। ਸੋ ਮੈਂ ਸਾਰੇ ਕਿਸਾਨ ਵੀਰਾਂ ਨੂੰ, ਭਰਾਵਾਂ ਨੂੰ ਇਹ ਬੇਨਤੀ ਕਰਦਾ ਹਾਂ ਕਿ ਤੁਸੀਂ ਅੱਗੇ ਹੋ ਕੇ ਵੱਧ ਚੜ੍ਹ ਕੇ ਇਸ ਸਕੀਮ ਦਾ ਫਾਇਦਾ ਲਓ ਅਤੇ ਆਪਣੇ ਵਾਤਾਵਰਨ ਨੂੰ ਬਚਾਓ। ਧੰਨਵਾਦ। ਇਸ ਤਰ੍ਹਾਂ ਮਹਿਕਮੇ ਵੱਲੋਂ ਵਿਭਾਗੀ ਸਕੀਮਾਂ ਤਹਿਤ ਵੀ ਸੜਕਾਂ, ਡਰੇਨਾਂ, ਰੇਲਵੇ ਲਾਈਨਾਂ, ਰਾਹਾਂ ਤੇ ਬੂਟੇ ਲਾਏ ਗਏ ਹਨ। ਇਸ ਉਪਰਾਲੇ ਨਾਲ ਜਿੱਥੇ ਰਾਹਗੀਰਾਂ ਨੂੰ ਛਾਂ ਦਾ ਆਸਰਾ ਮਿਲੇਗਾ, ਉੱਥੇ ਹੀ ਨਾਲ ਹੀ ਪੰਛੀਆਂ ਨੂੰ ਬਸੇਰਾ ਵੀ ਮਿਲੇਗਾ। ਵਣ ਵਿਭਾਗ ਨੂੰ ਕਈ ਸਮਾਜ ਸੇਵੀ ਸੰਸਥਾਵਾਂ, ਸਰਕਾਰੀ ਅਦਾਰੇ, ਪ੍ਰਾਈਵੇਟ ਅਦਾਰਿਆਂ ਦਾ ਵੀ ਰੁੱਖ ਲਾਉਣ ਦੇ ਵਿੱਚ ਹਮੇਸ਼ਾ ਸਹਿਯੋਗ ਮਿਲਦਾ ਰਿਹਾ ਹੈ। ਕੋਰੋਨਾ ਮਹਾਮਾਰੀ ਨੇ ਇਸ ਸਮੇਂ ਦੇ ਵਿੱਚ ਆਕਸੀਜਨ ਦੀ ਮਹੱਤਤਾ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਹੈ, ਜਿਸ ਕਰਕੇ ਸੰਸਥਾਵਾਂ ਤੋਂ ਇਲਾਵਾ ਆਮ ਲੋਕ ਵੀ ਅੱਗੇ ਆ ਕੇ ਵਣ ਵਿਭਾਗ ਤੋਂ ਮੁਫਤ ਬੂਟੇ ਲੈ ਕੇ ਬੂਟੇ ਲਾ ਰਹੇ ਹਨ। ਜਿੰਨੀ ਅੱਛੀ ਬਾਇਓਜੀਓ ਕੈਮਿਸਟਰੀ ਹੋਵੇਗੀ, ਉਨੀ ਹੀ ਅੱਛੀ ਬਾਇਓਡਾਇਵਰਸਿਟੀ ਦੇਖਣ ਨੂੰ ਮਿਲੇਗੀ ਅਤੇ ਕੁਦਰਤੀ ਸੰਤੁਲਨ ਬਣਿਆ ਰਹੇਗਾ। ਹਰਿਆਲੀ ਹੀ ਸਿਹਤ ਦੀ ਖੁਸ਼ਹਾਲੀ ਦਾ ਰਾਜ ਹੈ। ਆਓ ਆਪਾਂ ਹਰ ਸਾਲ 10 ਰੁੱਖ ਲਾਉਣ ਦਾ ਤੇ ਉਹਨਾਂ ਦੀ ਸਾਂਭ ਸੰਭਾਲ ਦਾ ਪ੍ਰਣ ਲਈਏ।